ਨਰਿੰਦਰ ਸਿੰਘ ਦੁਗਾਲ ਯਾਨੀ ਕਿ ਬਿੱਟੂ ਦੁਗਾਲ, ਪੰਜਾਬ ਦਾ ਮਸ਼ਹੂਰ ਕਬੱਡੀ ਖਿਡਾਰੀ, ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਹਮੇਸ਼ਾ ਲਈ ਦੂਰ ਕਿਤੇ ਅੰਬਰਾਂ ਦੇ ਬੱਦਲਾਂ 'ਚ ਜਾ ਲੁਕਿਆ। 16 ਅਪ੍ਰੈਲ ਨੂੰ ਅਚਾਨਕ ਬਿੱਟੂ ਦੇ ਸਿਰ 'ਚ ਦਰਦ ਹੋਇਆ ਅਤੇ ਬੇਹੋਸ਼ ਹੋ ਗਿਆ, ਜਿਸ ਕਰਕੇ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਾਇਆ ਗਿਆ ਅਤੇ MRI ਰਿਪੋਰਟ 'ਚ ਬਿੱਟੂ ਦੇ ਸਿਰ ਦੀ ਨਸ ਬਲੌਕ ਦੱਸੀ ਗਈ, ਜਿਸ ਤੋਂ ਬਾਅਦ ਉਸਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਲਿਆਂਦਾ ਗਿਆ ਅਤੇ ਕਈ ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਬਿੱਟੂ ਆਖਰ ਜ਼ਿੰਦਗੀ ਤੋਂ ਹਾਰ ਗਿਆ। ਮੌਤ ਨੇ ਉਸਨੂੰ ਆਪਣੇ ਕਲਾਵੇ ਵਿੱਚ ਭਰ ਦੂਜੇ ਸੰਸਾਰ ਵਿੱਚ ਲਿਜਾ ਸੁੱਟਿਆ। ਡਾਕਟਰਾਂ ਵੱਲੋਂ ਉਸਦੀ ਮੌਤ ਦਾ ਕਾਰਨ ਸਿਰ ਦੀ ਨਸ ਦਾ ਫਟਣਾ ਦੱਸਿਆ ਗਿਆ। ਬਿੱਟੂ ਦੁਗਾਲ ਦਾ ਜਨਮ 27 ਦਸੰਬਰ 1983 ਨੂੰ ਪਿੰਡ ਦੁਗਾਲ, ਜ਼ਿਲ੍ਹਾ ਪਟਿਆਲਾ 'ਚ ਹੋਇਆ ਅਤੇ ਇੱਕ ਸਧਾਰਨ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਬਿੱਟੂ ਦੁਗਾਲ ਨੇ ਖੇਡ ਜਗਤ 'ਚ ਅਜਿਹਾ ਪੈਰ ਧਰਿਆ ਕਿ ਮੁੜ ਕਦੇ ਪਿਛਾਂ ਨਾ ਵੇਖਿਆ। 2003 'ਚ ਪਹਿਲੀ ਵਾਰ ਇੰਗਲੈਂਡ ਅਤੇ ਕੈਨੇਡਾ ਦਾ ਦੌਰਾ ਕੀਤਾ। ਇਸ ਤੋਂ ਇਲਾਵਾ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 'ਚ ਵੀ ਆਪਣਾ ਜਲਵਾ ਦਿਖਾ ਚੁੱਕੇ ਹਨ ਅਤੇ ਵਿਸ਼ਵ ਕਬੱਡੀ ਕੱਪ 'ਚ ਉਸਦਾ ਨਾਂ ਅੰਬਰਾਂ ਦੇ ਧਰੂ ਤਾਰੇ ਵਾਂਗ ਚਮਕਿਆ। ਸੰਨ 2013 'ਚ ਵਿਆਹ ਦੇ ਬੰਧਨ 'ਚ ਬੱਜ ਕੇ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਕੀਤੀ, ਪਰ ਹੁਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਬਿੱਟੂ ਦੀ ਜਵਾਨੀ 'ਤੇ ਮੌਤ ਦਾ ਗ੍ਰਹਿਣ ਲੱਗ ਗਿਆ ਅਤੇ ਬਿੱਟੂ ਦੇ ਗਿਆ ਆਪਣੇ ਚਾਹੁਣ ਵਾਲਿਆਂ ਨੂੰ ਇੱਕ ਸਦਮਾ, ਯਾਦਾਂ ਦੀ ਪਿਟਾਰੀ। ਉਸਦੀ ਮੌਤ ਨਾਲ ਕਬੱਡੀ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਜੋ ਕਦੇ ਨਹੀਂ ਪੂਰਾ ਹੋ ਸਕਦਾ। ਬਿੱਟੂ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਦੁਗਾਲ 'ਚ ਕੀਤਾ ਗਿਆ, ਜਿੱਥੋਂ ਦੀ ਫਿਜ਼ਾ ਹੌਕਿਆਂ, ਸਿਸਕੀਆਂ ਅਤੇ ਕੀਰਨਿਆਂ ਨਾਲ ਗਮਗੀਨ ਹੋਈ ਪਈ ਹੈ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ TV। ਦੁਨੀਆ ਭਰ ਦੀਆਂ ਤਾਜ਼ਾ ਤਰੀਨ ਖਬਰਾਂ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮਾਂ ਦਾ ਲਾਹਾ ਲੈਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਵਿਜ਼ਨ ਪੰਜਾਬ TV ਅਤੇ ਨਾਲ ਹੀ ਬੈੱਲ ਆਈਕਨ ਦਬਾਉਣਾ ਨਾ ਭੁੱਲਣਾ ਅਤੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ।